ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਡਾਕਟਰ ਸ੍ਰਿੰਦਰ ਸਿੰਘ ਹੋਰੀ ਇਹਨਾਂ ਨੇ ਪੰਜਾਬ ਦੇ ਵਿੱਚ ਕੈਂਸਰ ਦੇ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਖੋਜ ਕੀਤੀ ਹੈ ਕੰਮ ਕੀਤਾ ਇਹ ਪੰਜਾਬ ਦੇ ਵਿੱਚ ਗੁਰਨਾਥ ਦੇ ਯੂਨੀਵਰਸਿਟੀ ਦੀ ਦੇ ਵਿੱਚ ਬਤੌਰ ਅਧਿਆਪਕ ਕਈ ਦਹਾਕੇ ਉੱਥੇ ਸੇਵਾ ਕਰਦੇ ਰਹੇ ਨੇ ਅਤੇ ਅ ਉਹ 14 ਦੇ ਉੱਤੇ ਗੁਣਾਂਕ ਯੂਨੀਵਰਸਿਟੀ ਦੇ ਵਿੱਚ ਰਹੇ ਨੇ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਇਹ ਇਥੇ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵਜੋਂ ਵਿਦਿਆ ਜਿਹੜੀ ਆ ਉਹ ਉਹਦੇ ਵਿੱਚ ਯੋਗਦਾਨ ਪਾ ਰਹੇ ਨੇ ਆਪਾਂ ਇਹਨਾਂ ਦੇ ਨਾਲ ਪੰਜਾਬ ਦੇ ਵਿੱਚ ਕੀ ਕਾਰਨਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਖਿੱਤੇ ਦੇ ਵਿੱਚ ਕੈਂਸਰ ਜਿਹੜਾ ਇੰਨਾ ਜ਼ਿਆਦਾ ਵਧਿਆ ਤੇ ਇੰਨਾ ਜ਼ਿਆਦਾ ਫੈਲ ਰਿਹਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਖੋਜ ਖੇਤਰਾ ਇਹਨਾਂ ਨੇ ਆਪਦੀ ਇਹਦੇ ਉੱਤੇ ਕੰਮ ਕੀਤਾ ਤੇ ਕਿਸ ਤਰ੍ਹਾਂ ਇਹ ਮਸਲਾ ਜਿਹੜਾ ਵਾ ਇਹ ਮੁੱਦਾ ਜਿਹੜਾ ਇਹਨਾਂ ਦੇ ਧਿਆਨ ਵਿੱਚ ਆਇਆ ਅ ਡਾਕਟਰ ਸਰਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਸਖ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਯੂਜੀ ਕਾਲ ਸਾਹਿਬ ਵਾਯੂਜੀ ਕੀ ਫਤਿਹ ਅ ਡਾਕਟਰ ਸਿੰਦਰ ਸਿੰਘ ਜੀ ਗੱਲਬਾਤ ਕਰਨ ਤੋਂ ਪਹਿਲਾਂ ਜਿੱਥੇ ਤੁਹਾਡੇ ਯਾਨੀ ਕਿ ਜੋ ਤੁਸੀਂ ਕੰਮ ਕੀਤਾ ਕੈਂਸਰ ਦੇ ਵਿੱਚ ਤੇ ਹੋਰ ਵਿਸ਼ਿਆਂ ਦੇ ਉੱਤੇ ਉਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਚਾਹੂੰਗਾ ਕਿ ਸਾਡੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਤੁਸੀਂ ਆਪ ਦੇ ਬਾਰੇ ਦੱਸੋ ਕਿ ਤੁਹਾਡਾ ਪਿਛੋਕੜ ਕੀ ਆ ਤੁਹਾਡਾ ਜਨਮ ਕਿੱਥੇ ਹੋਇਆ ਮੈਂ ਉਸ ਪਰਿਵਾਰ ਨੂੰ ਬਿਲੋਂਗ ਕਰਨਾ ਜਿਹੜਾ ਪਾਕਿਸਤਾਨ ਤੋਂ ਫਰੀਡਮ ਦੇ ਵਕਤ ਪਾਰਟੀਸ਼ਨ ਦੇ ਵਕਤ ਸ਼ਿਫਟ ਹੋਇਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਪੇਰੈਂਟਸ ਮੇਰੇ ਜਿਹੜੇ ਨੇ ਉਹ ਲਾਇਲਪੁਰ ਡਿਸਟ੍ਰਿਕਟ ਦੇ ਵਿੱਚ ਸਾਡੀ ਜ਼ਮੀਨ ਸੀ ਮੇਰੇ ਗ੍ਰੈਂਡਫਾਦਰ ਵੀ ਉਸ ਤੇ ਹੈੱਡਮਾਸਟਰ ਸੀ ਤੇ ਜ਼ਿੰਮੇਦਾਰ ਪਰਿਵਾਰ ਔਰ ਨਾਲ ਐਜੂਕੇਸ਼ਨ ਦੇ ਵਿੱਚ ਵੀ ਦੇਣ ਸੀ ਪਰਵਾਰ ਦੀ ਫਿਰ 1947 ਦੇ ਵਿੱਚ ਜਦੋਂ ਆਜ਼ਾਦੀ ਭਾਰਤ ਨੂੰ ਮਿਲੀ ਹੈ ਤੇ ਪਹਿਲਾਂ ਅਸੀਂ ਸਭ ਤੋਂ ਦੁਆਬੇ ਦੇ ਜੜਲਾ ਪਿੰਡ ਦੇ ਵਿੱਚ ਸ਼ਿਫਟ ਹੋਏ ਜਿੱਥੇ ਸਾਡੀ ਪਹਿਲੀ ਵਾਰ ਜ਼ਮੀਨ ਜਿਹੜੀ ਹੈ ਉਹ ਮਿਲੀ ਉਸ ਤੋਂ ਬਾਅਦ ਜੜਲੇ ਤੋਂ ਬਾਅਦ ਫਿਰ ਅਸੀਂ ਟਰਾਂਸਫਰ ਪਟਿਆਲੇ ਪਟਿਆਲਾ ਏਰੀਆ ਵਿੱਚ ਚਲੇ ਗਏ ਮਾਲਵਾ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਹੁਣ ਇੱਕ ਪਿੰਡ ਹੈਗਾ ਸੈਦ ਖੜੀ ਜਿਹਦੇ ਵਿੱਚ ਸਾਡੀ ਜ਼ਮੀਨ ਹੈ ਔਰ ਸਾਡਾ ਜਿਹੜਾ ਪਰਿਵਾਰ ਹੈ ਉਹ ਉੱਥੇ ਸੈਦ ਖੜੀ ਜਾ ਕੇ ਵਸਿਆ ਔਰ ਬਹੁਤ ਚਿਰ ਅਸੀਂ ਉੱਥੇ ਰਹੇ ਮੇਰੇ ਪੇਰੈਂਟਸ ਦੀ ਜਿਹੜੀ ਮੈਰਿਜ ਹੈ ਉਹ 1947 ਵਿੱਚ ਕੈਂਪ ਦੇ ਵਿੱਚ ਹੀ ਹੋਈ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਆਜ਼ਾਦੀ ਦਾ ਦੁਖਾਂਤ ਜਿਹੜਾ ਹੈ ਆਪਣੇ ਉੱਪਰ ਚੱਲਿਆ ਔਰ ਬੜੀਆਂ ਮੁਸ਼ਕਲਾਂ ਦੇ ਨਾਲ ਜਾ ਕੇ ਅਸੀਂ ਪਟਿਆਲਾ ਡਿਸਟ੍ਰਿਕਟ ਦੇ ਪਿੰਡ ਸੈਦਖੜੀ ਵਿੱਚ ਸੈਟਲ ਹੋਏ ਔਰ ਉੱਥੇ ਹੀ ਅਸੀਂ ਫਿਰ ਆਪਣੀ ਜਿਹੜੀ ਹੈ ਉਹ ਐਜੂਕੇਸ਼ਨ ਪ੍ਰਾਇਮਰੀ ਐਜੂਕੇਸ਼ਨ ਲਈ ਪਿੰਡ ਦੇ ਵਿੱਚ ਤੇ ਬਾਅਦ ਦੇ ਵਿੱਚ ਜਾ ਕੇ ਫਿਰ ਹੋਰ ਹਾਈ ਜਿਹੜੀ ਕਾਲਜ ਐਜੂਕੇਸ਼ਨ ਉਹ ਰਾਜਪੁਰਾ ਪਟੇਲ ਨੂੰ ਬੋਰੀਅਲ ਨੈਸ਼ਨਲ ਕਾਲਜ ਚ ਲਈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਆਪਣੀ ਪੋਸਟ ਗ੍ਰੈਜੂਏਟ ਔਰ ਡਾਕਟੋਰੇਟ ਫਿਜ਼ਿਕਸ ਵਿੱਚ ਕੰਪਲੀਟ ਕੀਤੀ ਤੇ ਡਾਕਟਰ ਸਾਹਿਬ ਜਿਹੜੀ ਬਤੌਰ ਅਧਿਆਪਕ ਤੁਸੀਂ ਨੌਕਰੀ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿ ਜਾਂ ਉਸ ਤੋਂ ਪਹਿਲਾਂ ਕਿਤੇ ਹੋਰ ਵੀ ਅ ਅਜ ਅਧਿਆਪਕ ਕੰਮ ਕਰਦੇ ਰਹੇ ਹਾਂ ਪੋਸਟ ਗ੍ਰੈਜੂਏਸ਼ਨ ਐਮ ਐਸ ਸੀ ਫਿਜ਼ਿਕਸ ਤੋਂ ਬਾਅਦ ਕੋਈ 6 ਮਹੀਨੇ ਵਾਸਤੇ ਮੈਂ ਐਡ ਹੌਕ ਗਵਰਨਮੈਂਟ ਸਕੂਲ ਲੜਕੀਆਂ ਦਾ ਸੀ ਉੱਥੇ ਟੀਚਰ ਬਤੌਰ ਟੀਚਰ ਕੰਮ ਕੀਤਾ 1900 ਉਸ ਤੋਂ ਬਾਅਦ ਮੈਂ ਪੀ ਐਚ ਡੀ ਜੁਆਇਨ ਕਰ ਲਈ 1978 ਵਿੱਚ ਪੀ ਐਚ ਡੀ ਕੰਪਲੀਟ ਕੀਤੀ ਔਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 1979 ਵਿੱਚ ਪਹਿਲੀ ਅਪੁਆਇੰਟਮੈਂਟ ਜਿਹੜੀ ਹੈ ਐਜ਼ ਅ ਫਿਜ਼ਿਕਸ ਲੈਕਚਰਰ ਅ ਮੇਰੀ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਫਿਜ਼ਿਕਸ ਡਿਪਾਰਟਮੈਂਟ ਜਿਹੜਾ ਸੀ ਉਹ ਸ਼ੁਰੂ ਹੀ ਹੋਇਆ ਸੀ ਉਸ ਵਕਤ ਤੇ ਮੈਨੂੰ ਇੱਕ ਮੌਕਾ ਮਿਲਿਆ ਨਵੇਂ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਨੂੰ ਉਹਨੂੰ ਇਸਟੈਬਲਿਸ਼ ਕਰਨ ਵਾਸਤੇ ਬਹੁਤ ਵਧੀਆ ਸ਼ੁਰੂਆਤ ਸੀ ਤੇ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਤੌਰ ਅਧਿਆਪਕ ਜਿਹੜਾ ਕੰਮ ਕੀਤਾ ਉਹ ਕੰਮ ਕਰਦੇ ਆ ਕਿਹੜੀ ਕਿਹੜੇ ਅਹੁਦਿਆਂ ਦੇ ਉੱਤੇ ਗੁਰਨਾਥ ਦੇ ਯੂਨੀਵਰਸਿਟੀ ਦੇ ਉੱਤੇ ਵਿੱਚ ਤੁਸੀਂ ਰਹੇ ਹੋ ਮੈਂ ਅਸਿਸਟੈਂਟ ਪ੍ਰੋਫੈਸਰ ਤੋਂ ਸ਼ੁਰੂ ਕਰਕੇ ਅਸੋਸੀਏਟ ਪ੍ਰੋਫੈਸਰ ਉਸ ਤੋਂ ਬਾਅਦ ਪ੍ਰੋਫੈਸਰ ਬਣ ਗਿਆ ਮੈਂ ਯੂਨੀਵਰਸਿਟੀ ਦੇ ਵਿੱਚ ਫਿਰ ਮੈਂ ਫਿਜ਼ਿਕਸ ਡਿਪਾਰਟਮੈਂਟ ਦਾ ਔਰ ਯੂਨੀਵਰਸਿਟੀ ਸਰਵਿਸਿਸ ਇੰਸਟ੍ਰੂਮੈਂਟੇਸ਼ਨ ਸੈਂਟਰ ਦਾ ਮੁਖੀ ਵੀ ਰਹਾ ਉਸ ਤੋਂ ਬਾਅਦ ਮੈਂ ਡੀਨ ਸਾਇੰਸ ਫੈਕਲਟੀ ਦੇ ਤੌਰ ਤੇ ਵੀ ਕੰਮ ਕੀਤਾ ਉਸ ਤੋਂ ਬਾਅਦ ਮੈਂ ਡੀਨ ਅਕਾਦੈਮਿਕ ਅਫੇਅਰਜ਼ ਦਾ ਯੂਨੀਵਰਸਿਟੀ ਇਹ ਪੋਜੀਸ਼ਨ ਜਿਹੜੀ ਨੈਕਸਟ ਟੂ ਵਾਈਸ ਚਾਂਸਲਰ ਹੁੰਦੀ ਹੈ ਉਹਦੇ ਵਿੱਚ ਮੈਂ 2000 ਦਾ 2011 ਵਿੱਚ ਕੰਮ ਕੀਤਾ ਔਰ 2011 ਦੇ ਮਾਰਚ ਵਿੱਚ ਮੈਂ ਫਿਰ ਰਿਟਾਇਰ ਹੋ ਗਿਆ ਤੇ ਇਹ 34 ਸਾਲ ਦਾ ਜਿਹੜਾ ਸਰਵਿਸ ਸੀ ਮੇਰੀ ਐਜ਼ ਅ ਟੀਚਿੰਗ ਐਜ਼ ਅ ਸਰਚ ਇਹਦੇ ਵਿੱਚ ਕਾਫੀ ਸਟੂਡੈਂਟਸ ਮੇਰੇ ਕੋਲ ਪੀ ਐਚ ਡੀ ਕਰਕੇ ਗਏ ਨੇ ਕੋਈ ਤਕਰੀਬਨ 32 ਸਟੂਡੈਂਟਸ ਨੂੰ ਮੈਂ ਪੀ ਐਚ ਡੀ ਕਰਾਈ ਹੈ ਵੱਖ-ਵੱਖ ਵਿਸ਼ਿਆਂ ਦੇ ਵਿੱਚ ਅ ਬਾਰੇ ਜਿਹੜੇ ਵਿਸ਼ੇ ਸੀ ਉਹ ਟ੍ਰੇਸ ਐਨਾਲਿਸਿਸ ਯੂਰੇਨੀਅਮ ਰੇਡੀਓਨ ਗੈਸ ਉਹਦੀ ਐਪਲੀਕੇਸ਼ਨਸ ਹੈਲਥ ਹੈਜ਼ਰਡਸ ਵਿੱਚ ਪੁਚਾਲਾਂ ਦੀ ਖੋਜ ਨੈਨੋ ਟੈਕਨੋਲੋਜੀ ਵਿੱਚ ਪੋਲੀਮਰਸ ਗਲਾਸੇਜ਼ ਰੇਡੀਏਸ਼ਨ ਇਫੈਕਟਸ ਨਿਊਕਲੀਅਰ ਫਿਜ਼ਿਕਸ ਸੋ ਬਹੁਤ ਸਾਰੀਆਂ ਉਹ ਖੇਤਰਾਂ ਦੇ ਵਿੱਚ ਮੈਂ ਰਿਸਰਚ ਜਿਹੜੀ ਆ ਸੁਪਰਵਾਈਜ਼ ਕੀਤੀ ਔਰ تقریبا 250 ਰਿਸਰਚ ਪੇਪਰ ਇੰਟਰਨੈਸ਼ਨਲ ਜਰਨਲਸ ਵਿੱਚ ਪਬਲਿਸ਼ ਕੀਤੇ ਡਾਕਟਰ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਖੇਤੇ ਦੇ ਵਿੱਚ ਜਿਹੜਾ ਕੈਂਸਰ ਦੀਸ ਮਸੀਆ ਕੈਂਸਰ ਦਾ ਮੁੱਦਾ ਇਹ ਤੁਹਾਡੇ ਧਿਆਨ ਚ ਕਦੋਂ ਆਇਆ ਤੇ ਤੁਸੀਂ ਫਿਰ ਇਹਦੇ ਉੱਤੇ ਜਿਹੜਾ ਕੰਮ ਕਰਨਾ ਸ਼ੁਰੂ ਕਦੋਂ ਕੀਤਾ ਜਦੋਂ ਅਸੀਂ ਗੁਰਦਾਂਗਦੇਵ ਯੂਨੀਵਰਸਿਟੀ ਵਿੱਚ ਜਿਵੇਂ ਮੈਂ ਦੱਸ ਰਿਹਾ ਜੋਇਨ ਕੀਤਾ ਤੇ ਰਿਸਰਚ ਸ਼ੁਰੂ ਕੀਤੀ ਤੇ ਮੇਰੀ ਜਿਹੜੀ ਇੰਟਰਸਟ ਸੀ ਉਹ ਐਪਲਾਈਡ ਸਾਇੰਸਸ ਵਈ ਸੀ ਮੈਂ ਇਹ ਚਾਹੁੰਦਾ ਸੀ ਕਿ ਮੈਂ ਕੋਈ ਹਿਮਨਿਟੀਜ਼ ਵਾਸਤੇ ਮਨੁੱਖਤਾ ਵਾਸਤੇ ਇਹੋ ਜਿਹਾ ਕੰਮ ਕਰਾਂ ਜਿਹਦਾ ਮਨੁੱਖਤਾ ਨੂੰ ਦੇਣ ਹੋਵੇ ਤੋ ਸਭ ਤੋਂ ਪਹਿਲਾਂ ਯੂਰੇਨੀਅਮ ਜਿਹੜਾ ਕੇ اٹੋਮਿਕ એનર્ਜੀ ਦਾ ਫਿਊਲ ਹੈ ਪਰਮਾਣੂ ਉਰਜਾ ਦਾ ਫਿਊਲ ਹੈ ਔਰ ਇਹਦੇ ਵਿੱਚੋਂ ਡੇਂਜਰਸ ਗੈਸੇਜ਼ ਵੀ ਨਿਕਲਦੀਆਂ ਹਨ ਜਿਵੇਂ ਰੇਡੋਨ ਗੈਸ ਹੈ ਜਿਹਦੇ ਕਰਕੇ ਕੈਂਸਰ ਵਗੈਰਾ ਹੋ ਸਕਦਾ ਹੈ ਹੈਲਥ ਹੈਜ਼ਰਡਸ ਹੋ ਸਕਦੇ ਨੇ ਉਹ ਅਸੀਂ ਐਨਲਾਈਜ਼ ਕਰਨ ਵਾਸਤੇ ਆਪਣੀ ਰਿਸਰਚ ਟੀਮ ਬਣਾ ਕੇ ਮੈਂ ਸਟੂਡੈਂਟਸ ਨਾਲ ਲੈ ਕੇ ਅਸੀਂ ਹਿਮਾਚਲ ਤੋਂ ਕੰਮ ਸ਼ੁਰੂ ਕੀਤਾ ਹਿਮਾਲਿਆਜ਼ ਵਿੱਚ ਕਾਂਗੜਾ ਏਰੀਆ ਤੋਂ ਸ਼ੁਰੂ ਕੀਤਾ ਕੰਮ ਪਰ ਮਿਸ਼ਾਲਾ ਏਰੀਆ ਤੇ ਕੁਲੂ ਮਨਾਲੀ ਏਰੀਆ ਔਰ ਇਹ ਜਿਹੜਾ ਕੰਮ ਹੈ ਅਸੀਂ ਐਨਾਲਿਸਿਸ ਮਿੱਟੀ ਦੀ ਬੂਟਿਆਂ ਦੀ ਪਾਣੀ ਦੀ ਰੌਕਸ ਦੀ ਯੂਰੇਨੀਅਮ ਔਰ ਹੋਰ ਬੜ ਸਾਰੇ ਹੈਵੀ ਐਲੀਮੈਂਟਸ ਜਿਹੜੇ ਨੇ ਉਹਨਾਂ ਦੀ ਐਨਾਲਿਸਿਸ ਕਰਦੇ ਰਹੇ ਨਿਊਕਲੀਅਰ ਟੈਕਨੀਕਸ ਯੂਜ਼ ਕਰਕੇ ਤੇ ਇਹ ਵਰਕ ਜਿਹੜਾ ਹੈਗਾ ਫਿਰ ਅਸੀਂ ਹਿਮਾਚਲ ਤੋਂ ਲੈ ਕੇ ਪੂਰਾ ਹਿਮਾਲੀਅਨ ਬੈਲਟ ਜਿਹੜਾ ਉਤਰਾੰਚਲ ਤੱਕ ਐਮ ਗੋਲ ਬਦਰੀਨਾਥ ਏਰੀਆ ਤੱਕ ਇਹ ਜਿਹੜਾ ਹੈਗਾ ਗੰਗਾ ਦੇ ਨਾਲ 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 ਰੀਵਰ ਗੰਜਿਸ ਨਾਲ ਨਾਲ ਅਸੀਂ ਐਨਾਲਿਸਿਸ ਕੀਤੀ ਔਰ ਇਹ ਡਾਟਾ ਜਿਹੜਾ ਸੀ ਇਕੱਠਾ ਕੀਤਾ ਸੋ ਉਸ ਤੋਂ ਬਾਅਦ ਜਦੋਂ ਅਸੀਂ ਵੇਖਿਆ ਕਿ ਹਿਮਾਚਲ ਦਾ ਬੈਲਟ ਅਸੀਂ ਜਿਹੜਾ ਉਹ ਕਰ ਰਹੇ ਹਾਂ ਕਿਉਂ ਨਾ ਅਸੀਂ ਪੰਜਾਬ ਦੇ ਸੈਂਪਲ ਵੀ ਐਨਾਲਾਈਜ਼ ਕਰੀਏ ਸੋ ਪਹਿਲੀ ਵਾਰੀ ਅਸੀਂ ਕੋਈ 1990 ਦੇ ਕੋਲ ਬਠਿੰਡੇ ਵਿੱਚ ਮੈਂ ਆਪਣੇ ਸਟੂਡੈਂਟਸ ਲੈ ਕੇ ਗਿਆ ਉੱਥੋਂ ਅਸੀਂ ਪਾਣੀ ਦੇ ਸੈਂਪਲ ਇਕੱਠੇ ਕੀਤੇ ਔਰ ਜਦੋਂ ਸੈਂਪਲ ਇਕੱਠੇ ਕੀਤੇ ਤੇ ਸਾਡੀ ਹੈਰਾਨੀ ਦਿਹਾੜ ਨਾ ਰਹੀ ਜਦੋਂ ਅਸੀਂ ਵੇਖਿਆ ਕਿ ਯੂਰੇਨੀਅਮ ਜਿਹੜਾ ਹੈ ਉਹ ਪਾਣੀ ਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ ਸੋ ਉਤੋਂ ਫਿਰ ਅ ਅਸੀਂ ਇਸ ਵਿਸ਼ੇ ਤੇ ਕਿ ਯੂਰੇਨੀਅਮ ਦਾ ਜਿਹੜਾ ਡੀਕੇ ਪ੍ਰੋਡਕਟ ਹੈ ਰੇਡੀਅਮ ਹੈ ਯੂਰੇਨੀਅਮ ਜਿਹੜਾ ਹੈ ਉਹ ਵੀ ਸਟੋਮੈਕ ਕੈਂਸਰ ਕਰ ਸਕਦਾ ਹੈਗਾ ਇਹਦੇ ਬੜੇ ਹਾਰਮਫੁਲ ਫੈਕਟਸ ਹੋ ਸਕਦੇ ਨੇ ਫਿਰ ਸਾਡੇ ਮਾਇੰਡ ਚ ਆਇਆ ਕਿ ਕਿਉਂ ਨਾ ਅਸੀਂ ਪੰਜਾਬ ਦੇ ਵਿੱਚ ਇਹ ਕੈਂਸਰ ਸਟਡੀ ਕਰੀਏ ਡਾਕਟਰ ਸਾਹਿਬ ਕੀ ਤੁਹਾਨੂੰ ਗੁਸਤਾਖੀ ਲਈ ਮਾਫੀ ਚਾਹੁੰਦਾ ਤੁਹਾਨੂੰ ਪੁੱਛ ਰਿਹਾ ਇੱਕ ਗੱਲ ਜਦੋਂ ਤੁਹਾਡੇ 1990 ਦੇ ਵਿੱਚ ਤੁਸੀਂ ਜਾ ਕੇ ਉਸ ਏਰੀਏ ਦੇ ਵਿੱਚ ਖੋਜ ਕੀਤੀ ਬਠਿੰਡ ਏਰੀਏ ਚ ਸ਼ੁਰੂ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਕੈਂਸਰ ਬਾਰੇ ਜਿਹੜਾ ਇਹ ਮੁੱਦਾ ਇਹ ਬਣ ਚੁੱਕੀ ਸੀ ਗੱਲ ਕਿ ਨਹੀਂ ਮੁੱਦਾ ਬਣਿਆ ਸੀ ਉਦੋਂ ਪਹਿਲਾਂ ਲੋਕਾਂ ਦੇ ਧਿਆਨ ਚ ਆ ਚੁੱਕੇ ਸੀ ਕੈਂਸਰ ਦੇ ਕੇਸ ਕਿ ਨਹੀਂ ਆਏ ਸੀ ਕੈਂਸਰ ਦਾ ਜਿਹੜਾ ਇਨਫੋਰਮੇਸ਼ਨ ਹੈ ਉਹ ਉਸ ਜ਼ੋਨ ਦੇ ਲੋਕ ਜਿਹੜੇ ਸੀ ਉਹ ਸuffer ਕਰ ਰਹੇ ਸੀ ਪਰ ਪੰਜਾਬ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਜਾਂ ਵਰਲਡ ਵਾਈਡ ਕੋਈ ਜਿਆਦਾ ਲੋਕਾਂ ਨੂੰ ਪਤਾ ਨਹੀਂ ਸੀ ਠੀਕ ਸੋ ਪਹਿਲੀ ਵਾਰ ਜਦੋਂ ਅਸੀਂ ਬਟਿੰਡਾ ਵਿੱਚ ਗਏ ਆ ਅਸੀਂ ਦੇਖਿਆ ਕਿ ਘਰ-ਘਰ ਦੇ ਵਿੱਚ ਲੋਕ ਜਿਹੜੇ ਨੇ ਉਹ ਕੈਂਸਰ ਕਰਕੇ ਸਫਰ ਕਰ ਰਹੇ ਨੇ ਬਹੁਤ ਜਿਆਦਾ ਭਿਆਨਕ ਮਾਰ ਪੈ ਰਹੀ ਹੈ ਗਰੀਬ ਲੋਕਾਂ ਨੂੰ ਜੀਵਿਦਾਰਾਂ ਨੂੰ ਖਾਸ ਕਰਕੇ ਕੁਝ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਸੀ ਜਿਵੇਂ ਚੱਜਲ ਗਿਆਨਨਾ ਬਲਕਾਨਾ ਤੇ ਇਸ ਕਰਕੇ ਅਸੀਂ ਫਿਰ ਸਾਊਥ-ਵੈਸਟ ਮਾਲਵਾ ਤੋਂ ਹੀ ਕੰਮ ਸ਼ੁਰੂ ਕੀਤਾ ਆਪਣਾ ਉਹਦੇ ਵਿੱਚ ਅਸੀਂ ਕਾਫੀ ਪਿੰਡ ਜਿਹੜੇ ਨੇ ਉਹ ਕਵਰ ਕੀਤੇ ਤੇ ਜਿਸ ਤਰ੍ਹਾਂ ਬਠਿੰਡਾ ਤੋਂ ਸ਼ੁਰੂਆਤ ਹੋਈ ਬਾਅਦ ਵਿੱਚ ਅਸੀਂ ਫਰੀਦਕੋਟ ਮਾਨਸਾ ਫਿਰੋਜ਼ਪੁਰ ਮੁਕਸਲ ਡਿਸਟ੍ਰਿਕਟ ਇਹਨਾਂ ਦੇ ਵੀ ਸੈਂਪਲ ਜਿਹੜੇ ਨੇ ਉਹ ਐਨਲਾਈਜ਼ ਕੀਤੇ ਸੋ ਅਸੀਂ ਵੇਖਿਆ ਕਿ ਯੂਰੇਨੀਅਮ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਲਿਮਟ ਹੈ ਉਹ ਹੈਗੀ ਹੈ 30 ਮਾਈਕਰੋਗ੍ਰਾਮ ਪਰ ਲੀਟਰ ਸਾਡੀ ਜਿਹੜੀ ਐਨਾਲਿਸਿਸ ਹੈ ਉਹਦੇ ਵਿੱਚ Uh, 600 ਮਾਈਕਰੋਗ੍ਰਾਮ ਪਰ ਲੀਟਰ ਯਾਨੀ ਕਿ 30 ਤੋਂ 600 ਹਾਂ 20 ਯਾਨੀ ਕਿ 20 ਗੁਣਾ ਜ਼ਿਆਦਾ 20 ਗੁਣਾ ਜ਼ਿਆਦਾ ਔਰ ਕਈ ਸੈਂਪਲਾਂ ਵਿੱਚ ਤੇ 30 ਗੁਣਾ ਤੱਕ ਵੀ ਸਾਡੇ ਕੋਲ ਰਿਜ਼ਲਟਸ ਆਏ ਇਹ ਤੁਸੀਂ 1990 ਦੀ ਗੱਲ ਦੱਸ ਰਹੇ ਹੋ ਹਾਂ 1990 ਦੀ ਗੱਲ ਹੈ ਸੋ ਉਸ ਤੋਂ ਬਾਅਦ ਫਿਰ ਅਸੀਂ ਇਹ ਪੇਪਰ ਪਬਲਿਸ਼ ਕੀਤਾ ਜਿਹੜਾ 1995 ਦੇ ਵਿੱਚ ਇੰਟਰਨੈਸ਼ਨਲ ਜਰਨਲ ਦੇ ਵਿੱਚ ਪਬਲਿਸ਼ ਹੋਇਆ ਤੇ ਉਹ ਜਿਹੜਾ ਸੀ ਸਾਡੀ ਸਟਾਰਟਿੰਗ ਸੀ ਉਸ ਤੋਂ ਬਾਅਦ ਫਿਰ ਅਸੀਂ ਇਹ ਜਿਹੜਾ ਹੈਗਾ ਡਾਟਾ ਸਾਰਾ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਨਾ ਕੇਵਲ ਬੰਡੇ ਵਿੱਚ ਹੀ ਫਰੀਦਕੋਟ ਫਰੋਜਪੁਰ ਮਾਨਸਾ ਇਹ ਜ਼ਿਲ੍ਹੇ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਹੀ ਰਿਨਿਊ ਦੀ ਐਕਟੀਵਿਟੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਪਾਣੀ ਦੇ ਵਿੱਚ ਸੋਇਲ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਸੀ ਨਾਰਮਲ ਹੈ ਤੇ ਇਸ ਕਰਕੇ ਫਿਰ ਅਸੀਂ ਉਹ ਜਿਹੜਾ ਡਾਟਾ ਜਿਹੜਾ ਪਾਣੀ ਦਾ ਉਹ ਫਿਰ ਜ਼ਿਆਦਾ ਕਰਨਾ ਸ਼ੁਰੂ ਕੀਤਾ ਬਟੇਂਡਾ ਥਰਬਲ ਪਾਵਰ ਪਲਾਂਟਸ ਵੀ ਉਹਨਾਂ ਦੇ ਵੀ ਸੈਂਪਲ ਲੈ ਕੇ ਅਸੀਂ ਸਟੱਡੀ ਕੀਤੇ ਇਹ ਇੱਕ ਕੰਮ ਜਿਹੜਾ ਸੀ ਅਸੀਂ ਵਧਾਨ ਬਾਰੇ ਸੋਚਿਆ ਤੇ ਫਿਰ ਇਹਦਾ ਕਾਰਨ ਜਿਹੜਾ ਉਹਦੇ ਵੱਲ ਉਹ ਕਦੋਂ ਤੁਹਾਡੀ ਜਾਣਕਾਰੀ ਚ ਆਇਆ ਵੀ ਕੀ ਕਾਰਨ ਜਿਹੜਾ ਇੱਥੇ ਅ ਪਾਣੀ ਦੇ ਵਿੱਚ ਯੂਰੇਨੀਅਮ ਆ ਜਿਹੜਾ ਉਹਦੀ ਮਾਤਰਾ ਨੂੰ ਵਧਾ ਰਿਹਾ ਬਠਿੰਡੇ ਏਰੀਆ ਦੇ ਵਿੱਚ ਜਾਂ ਮਾਲਵੇ ਦੇ ਬਾਕੀ ਖਿੱਤੇ ਦੇ ਵਿੱਚ ਉਹ ਤੁਹਾਡੀ ਗੱਲ ਆ ਜਾਨੀ ਕਿ ਉਹ ਤੁਹਾਡੀ ਖੋਜ ਦੇ ਵਿੱਚ ਜਾਂ ਜਾਂਚ ਦੇ ਵਿੱਚ ਕਦੋਂ ਆਈ ਪੇਪਰ ਪਬਲਿਸ਼ਨ ਕਰਨ ਤੋਂ ਬਾਅਦ ਰਿਸਰਚ ਜਿਹੜਾ ਹੈਗਾ ਉਹ ਪਬਲਿਸ਼ ਹੋਇਆ ਤੇ ਉਹਦੀ ਰਿਐਕਸ਼ਨਸ ਵੀ ਹੋਣੇ ਸ਼ੁਰੂ ਹੋਏ ਫਿਰ ਚੀਜ਼ਾਂ ਕਲੀਅਰ ਕਰਨ ਵਾਸਤੇ ਉਸਦੀ ਐਨਾਲਿਸਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਦੱਸਣ ਵਾਸਤੇ ਮੈਂ ਇਹ ਆਰਟੀਕਲ ਜਿਹੜਾ ਹੈਗਾ ਉਹ ਨਿਊਜ਼ਪੇਪਰਸ ਵਿੱਚ ਵੀ ਦਿੱਤਾ ਅਜੀਤ ਅਖਬਾਰ ਦੇ ਵਿੱਚ ਟ੍ਰਿਬਿਊਨ ਹਿੰਦੂਸਤਾਨ ਟਾਈਮਜ਼ ਤਾਂ ਕਿ ਅਵੇਅਰਨੈਸ ਜਾ ਕੇ ਗਵਰਨਮੈਂਟ ਨੂੰ ਵੀ ਪਤਾ ਲੱਗੇ ਕਿ ਇਹ ਜਿਹੜੀ ਪ੍ਰੋਬਲਮ ਹੋ ਰਹੀਦੀ ਆਂ ਵੀ ਆ ਪਾਣੀ ਦੇ ਵਿੱਚ ਇਹ ਬਹੁਤ ਜ਼ਿਆਦਾ ਘਾਤਕ ਹੈਗੀ ਹੈ ਸੋ ਕਰਦਿਆਂ ਕਰਦਿਆਂ ਇਹ ਸਾਰਾ ਜਿਹੜਾ ਹੈਗਾ ਕਾਫੀ ਚਰਚਾ ਸ਼ੁਰੂ ਹੋ ਗਈ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਫਰੀਦ ਕੋਟ ਹੈਲਥ ਸੈਂਟਰ ਜਿਹੜਾ ਹਲਥ ਯੂਨੀਵਰਸਿਟੀ ਹੈ ਉਹਦੇ ਵਿੱਚ ਡਾਕਟਰ ਸੁਮਿਤ ਕੈਰਿੰਸਮੇਟਰ ਉਹ ਆਏ ਸੀ ਜਿਹੜੇ ਕਿ ਉਵਾਲਾਂ ਦੇ ਵਿੱਚ ਔਰਜੋਰਨ ਦੇ ਵਿੱਚ ਬੱਚਾ ਦੇ ਇਹ ਰੈਨਿਵਲੀ ਸਟਡੀ ਕਰ ਰਹੇ ਸੀ ਤੇ ਉਹ ਐਬਨਾਰਮਲ ਬੱਚੇ ਜਾਂ ਕੁਝ ਔਰ ਪਰਟਰਬਡ ਸੀ ਉਹ ਕਾਫੀ ਉਹ ਜਿਹੜਾ ਮਾਮਲਾ ਸੀ ਗੰਭੀਰ ਜਿਹੜਾ ਹੈਗਾ ਡਿਸਕਸ ਹੋਇਆ ਸੋ ਉਸ ਤੋਂ ਬਾਅਦ ਇਸ ਸਟੇਟ ਲੈਵਲ ਤੇ ਵੀ ਚਲਾ ਗਿਆ ਕੇਸ ਕੋਰਟ ਵਿੱਚ ਵੀ ਚਲਾ ਗਿਆ ਹਿਊਮਨ ਰਾਈਟਸ ਵੱਲੋਂ ਤੇ ਗਵਰਨਮੈਂਟ ਜਿਹੜੀ ਹੈ ਉਹ ਕਾਫੀ ਅਵੇਅਰ ਹੋ ਗਈ ਤੇ ਇਹਦਾ ਜਿਹੜਾ ਸੋਰਸ ਹੈ ਉਹਦੇ ਬਾਰੇ ਵੱਖ-ਵੱਖ ਵਿਚਾਰ ਸੀ ਕਈ ਕਹਿੰਦੇ ਸੀ ਜੀ ਇੱਥੇ ਕਾਟਨ ਗਰੋਹ ਗਰੋਹ ਹੁੰਦੀ ਹੈ ਉੱਥੇ ਇਨਸੈਕਟੀਸਾਈਡਸ ਪੈਸੇ ਕਪਾਹ ਦੇ ਨਾਂਵੇਂ ਦੀ ਪੱਟੀ ਕਰਕੇ ਪੱਟੀ ਕਰਕੇ ਵੀ ਜਿਹੜੀਆਂ ਦਵਾਈਆਂ ਨੇ ਕੀੜੇ ਮਾਰ ਦਵਾਈਆਂ ਉਹਦੀ ਵਰਤੋਂ ਯਾਦਾ ਹੁੰਦੀ ਹੈ ਉਹਦੇ ਵੱਧ ਤੋਂ ਜ਼ਿਆਦਾ ਹੁੰਦੀ ਹੈ ਪਰ ਅਸੀਂ ਉਹਦਾ ਸੋਰਸ ਲੱਭਣ ਦੀ ਕੋਸ਼ਿਸ਼ ਕੀਤੀ ਅਸੀਂ ਆ ਬਾਬਾ ਟੋਮਿਕ ਰਿਸਰਚ ਸੈਂਟਰ ਦੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਪ੍ਰੋਜੈਕਟ ਦਿੱਤਾ ਅਸੀਂ ਉਸ ਪ੍ਰੋਜੈਕਟ ਦੇ ਵਿੱਚ ਬਟੇਂਡਾ ਮਾਲਵਾ ਸਾਊਥ-ਵੈਸਟ ਮਾਲਵਾ ਬੈਟ ਦੇ ਸਾਰੀਆਂ ਡਾਇਰੈਕਸ਼ਨਾਂ ਵਿੱਚ ਕੰਮ ਜਾਣਾ ਸ਼ੁਰੂ ਕੀਤਾ ਤੇ ਅਸੀਂ ਦੇਖਿਆ ਕਿ ਜਿਹੜੇ ਹਰਿਆਣਾ ਦੇ ਵਿੱਚ ਤੁਸ਼ਾਮ ਏਰੀਆ ਹੈਗਾ ਆਈ ਹੀਟ ਪ੍ਰੋਡਿਊਸਿੰਗ ਗਰੇਨਾਈਟ ਕਹਿੰਦੇ ਆ ਉਹਨੂੰ ਅਸੀਂ ਉਹ ਗਰੇਨਾਈਟਸ ਜਿਹੜੇ ਨੇ ਉਹ ਉਹਨਾਂ ਦੇ ਇੰਟਰੂਜਨ ਹੋਈ ਆ ਗਰਾਊਂਡ ਦੇ ਵਿੱਚ ਲੀਚਿੰਗ ਹੋਈ ਆ ਯੂਰੇਨੀਅਮ ਦੀ ਉਹਨਾਂ ਤੋਂ ਸੋ ਅਸੀਂ ਤੋਂ ਸ਼ਾਮ ਤੱਕ ਗਏ ਯੂਰੇਨੀਅਮ ਸਟੱਡੀ ਕੀਤਾ ਪਿਵਾਨੀ ਤੋਂ ਤੋਂ ਸ਼ਾਮ ਦੇ ਵਿੱਚ ਜਾ ਕੇ ਤੇ ਉੱਥੇ ਵੀ ਹਾਈ ਲੈਵਲ ਆ ਰਿਹਾ ਸੀ ਯੂਰੇਨੀਅਮ ਦਾ ਸੋ ਸਾਡਾ ਇਹ ਸੀ ਜੀਓਲੋਜਿਸ ਚੰਡੀਗੜ੍ਹ ਦੇ ਨੇ ਉਹਨਾਂ ਨਾਲ ਕੋਲਾਬੋਰੇਸ਼ਨ ਕੀਤੀ ਅਸੀਂ ਤੇ ਅਸੀਂ ਇਹ ਦੇਖਿਆ ਕਿ ਯੂਰੇਨੀਅਮ ਜਿਹੜਾ ਹੈਗਾ ਉਹਦਾ ਸੋਰਸ ਜਿਹੜਾ ਹੈ ਉਹ ਗਰੇਨਾਈਟ ਰੌਕਸ ਨੇ ਹਾਈ ਹੀਟ ਪ੍ਰੋਡਿਊਸਿੰਗ ਗਰੇਨਾਈਟ ਰੌਕਸ ਨੇ ਜਿਹੜੀਆਂ ਗਰਾਊਂਡ ਵਾਟਰ ਨੂੰ ਟੱਚ ਕਰਦੀਆਂ ਨੇ ਰੀਚਿੰਗ ਦੇ ਕਰਕੇ ਯੂਰੇਨੀਅਮ ਜਿਹੜਾ ਬਹੁਤ ਜ਼ਿਆਦਾ ਉਹਦੇ ਚ ਹੈਗਾ ਏ ਸੋ ਉਹ ਤੁਹਾਡਾ ਕਹਿਣ ਤੋਂ ਬਾਅਦ ਵੀ ਜਿਹੜੀਆਂ ਉਹ ਗ੍ਰੇਨਾਈਟ ਆ ਉਹ ਧਰਤੀ ਦੇ ਹੇਠਲਾ ਜਿਹੜਾ ਪਾਣੀ ਆ ਹਾਂਜੀ ਉਹਦੇ ਵਿੱਚ ਯੂਰੇਨੀਅਮ ਪੈਦਾ ਕਰ ਰਿਹਾ ਵਾ ਹਾਂ ਉਹਦੇ ਵਿੱਚ ਪਾਣੀ ਜਿਹੜਾ ਗ੍ਰੇਨਾਈਟਸ ਤੋਂ ਲੀਚ ਹੋ ਕੇ ਮਿਕਸ ਹੋ ਰਿਹਾ ਤੇ ਕਾਫੀ ਚਿਰ ਪੁਰਾਣਾ ਜਿਹੜਾ ਹੈਗਾ ਹੋ ਰਿਹਾ ਹੈਗਾ ਸੋ ਜਿਹੜੇ ਮਾਲਵੇ ਦੇ ਪਿੰਡ ਨੇ ਜਿਵੇਂ ਮੈਂ ਦੱਸਿਆ ਬਲਕਾਨਾ ਗੱਗਲ ਗਿਆਨਾ ਸੋ ਇਹਦੇ ਵਿੱਚ ਅਸੀਂ ਜਾ ਕੇ ਉਹ ਸਿਵਲ ਸਰਜਨ ਨਾਲ ਬਹਿ ਕੇ ਮੇਰਾ ਬੇਟਾ ਡਾਕਟਰ ਹੈ ਜਿਹੜਾ ਕਬਲਜੀਤ ਸਿੰਘ ਇਥੇ ਅੱਜ ਕੱਲ ਆਸਟ੍ਰੇਲੀਆ ਚ ਹੈ ਉਹ ਵੀ ਉਹਨਾਂ ਦੇ ਨਾਲ ਚ ਐਮਬੀਬੀਐਸ ਕਰਕੇ ਤੇ ਡਿਗਰੀ ਕੀਤੀ ਹੋਈ ਸੀ ਤੇ ਅਸੀਂ ਐਨਾਲਾਈਜ਼ ਕੀਤਾ ਪਿੰਡਾਂ ਵਿੱਚ ਜਾ ਕੇ ਬਲੱਡ ਵਿੱਚ ਯੂਰਿਨ ਦੇ ਵਿੱਚ ਵੀ ਕੈਂਸਰ ਪੇਸ਼ੈਂਟਸ ਦੇ ਔਰ ਨਾਰਮਲ ਪੇਸ਼ੈਂਟਸ ਦੇ ਸੋ ਅਸੀਂ ਦੇਖਿਆ ਕਿ ਬਲੱਡ ਦੇ ਵਿੱਚ ਵੀ ਕਾਫੀ ਕੈਂਸਰ ਪੇਸ਼ੈਂਟਸ ਦੇ ਕੇਸੇ ਚ ਰੇਨੀਅਮ ਜ਼ਿਆਦਾ ਸੀ ਸੋ ਬਾਅਦ ਅਸੀਂ ਜਿਹੜਾ ਫੂਡ ਪ੍ਰੋਡਕਟਸ ਨੇ वेजिटेबल्स ਮੇਲਕ ਉਹਦੇ ਚ ਸਟੱਡੀ ਕੀਤਾ ਸੋ ਜਿਹੜੀ ਨਾਰਮਲ ਇਨਟੇਕ ਹੈ ਉਹ 5 ਮਾਈਕਰੋਗ੍ਰਾਮ ਪਰ ਡੇ ਹੈ ਵਰਲਡ ਦੀ ਸੋ ਮਾਲਵਾ ਦੇ ਵਿੱਚ ਇਹ 40 ਮਾਈਕਰੋਗ੍ਰਾਮ ਪਰ ਡੇ ਤੋਂ ਵੀ ਜ਼ਿਆਦਾ ਆ ਰਹੀ ਸੀ ਸੋ ਇਹਦਾ ਮਤਲਬ ਹੈ ਕਿ ਜਿਹੜੀ ਯੂਰੇਨੀਅਮ ਪਾਣੀ ਪੀਂਡ ਕਰਕੇ vegetables ਵਿੱਚ ਵੀ اور animals ਦੇ ਵਿੱਚ ਵੀ ਜਿਹੜੀ ਕੋ ਦਾ ਫਸਲਾਂ ਤੇ ਵੀ ਅਸਰ ਪੈ ਰਿਹਾ ਪਸ਼ੂਆਂ ਤੇ ਵੀ ਪੈ ਰਿਹਾ ਦੁੱਧ ਤੇ ਵੀ ਪੈ ਰਿਹਾ ਤੇ ਪਾਣੀ ਤੇ ਪੈਣਾ ਹੀ ਪੈਣਾ ਹਾਂ ਬਿਲਕੁਲ ਜੀ ਉਹ ਡਾਕਟਰ ਸਾਹਿਬ ਜਿਹੜੀ ਤੁਸੀਂ ਇਹ ਜਦੋਂ ਖੋਜ ਕੀਤੀ ਤੇ ਤੁਸੀਂ ਸਰਕਾਰ ਨੂੰ ਜਾਨੀ ਕਿ ਤੁਹਾਡੀ ਖੋਜ ਦੇ ਨਾਲ ਇਹ ਗੱਲ ਪਤਾ ਲੱਗੀ ਤੁਹਾਡੀ ਤੇ ਬਾਕੀ ਤੁਹਾਡੇ ਸਾਥੀਆਂ ਦੀ ਖੋਜ ਦੇ ਨਾਲ ਵੀ ਜਿਹੜੀ ਧਰਤੀ ਦੇ ਵਿੱਚੋਂ ਜਰੀਨੀਅਮ ਪਾਣੀ ਦੇ ਵਿੱਚ ਮਿਕਸ ਹੋ ਜਾਣ ਕਾਰਨ ਪਾਣੀ ਦੇ ਰਾਹੀਂ ਜਾਨੀ ਕਿ ਜਿਹੜੀ ਸਾਰੀ ਅੱਗੇ ਜਿਹੜੀ ਆ ਜਿਹੜੀ ਕੈਂਸਰ ਸਮੱਸਿਆ ਪੈਦਾ ਹੋ ਰਹੀ ਆ ਤੇ ਸਰਕਾਰ ਵੱਲੋਂ ਤੁਹਾਨੂੰ ਕਿਦਾਂ ਦਾ ਹੰਗਾਰਾ ਮਿਲਿਆ ਜਦੋਂ ਤੁਹਾਡੀ ਇਹ ਜਿਹੜੀ ਤੁਸੀਂ ਇਹ ਗੱਲ ਲੱਭ ਕੇ ਉਹਨਾਂ ਨੂੰ ਦਿੱਤੀ ਪਹਿਲਾਂ ਤੇ ਜਿੰਨਾ ਚਿਰ ਅਸੀਂ ਕਰਦੇ ਰਹੇ ਆ ਕੰਮ ਕੋਈ ਪ੍ਰੋਜੈਕਟਸ ਵਗੈਰਾ ਵੀ ਸਾਨੂੰ ਨਹੀਂ ਮਿਲੇ ਮਾਈਨਰ ਪ੍ਰੋਜੈਕਟਸ ਮਿਲਦੇ ਸੀ ਤੇ ਜਦੋਂ ਪ੍ਰੈਸ ਵਿੱਚ ਆਇਆ ਡਾਕਟਰ ਕੈਰਨਸ ਬੇਟ ਵੀ ਫਰੀਦਕੋਟ ਹੈਲਥ ਸੈਂਟਰ ਚ ਆਏ ਤੇ ਉਸ ਤੋਂ ਬਾਅਦ ਸੈਂਟਰ ਲੈਵਲ ਤੇ ਸਟੇਟ ਲੈਵਲ ਤੇ ਕਾਫੀ ਜ਼ਿਆਦਾ ਰਿਐਕਸ਼ਨ ਹੋਇਆ ਇਹ ਤੋਂ ਤੱਕ ਕਿ ਕਈ ਵਾਰੀ ਤਾਂ ਮੈਨੂੰ ਫੋਨ ਵੀ ਆਉਣੇ ਕਿ ਧਮਕੀਆਂ ਵਾਲੇ ਵੇ ਤੁਸੀਂ ਡਰਾ ਰਹੇ ਹੋ ਲੋਕਾਂ ਨੂੰ ਤੇ ਸਾਡਾ ਮੇਰਾ ਇਹ ਕਹਿਣਾ ਹੁੰਦਾ ਸੀ ਵੀ ਡਰਾਉਣ ਦਾ ਕੰਮ ਨਹੀਂ ਹੈਗਾ ਅਸੀਂ ਅਵੇਅਰਨੈਸ ਦੇ ਰਹੇ ਹਾਂ ਸੈਂਟਰਲ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਕਿ ਗਵਰਨਮੈਂਟ ਨੂੰ ਕਰਨਾ ਚਾਹੀਦਾ ਕੁਝ ਪਬਲਿਕ ਵਾਸਤੇ ਪਬਲਿਕ ਜਿਹੜੀ ਉਹ ਕੈਂਸਰ ਨਾਲ ਅਫੈਕਟਡ ਹੈ ਮਰ ਰਹੀ ਹੈ ਸੋ ਉਹਨਾਂ ਦੇ ਵਾਸਤੇ ਪਿਓਰ ਪਾਣੀ ਜਿਹੜਾ ਹੈਗਾ ਪ੍ਰੋਵਾਈਡ ਕਰਨਾ ਉਹ ਸਾਡੀ ਗਵਰਨਮੈਂਟ ਦੀ ਜਿਹੜੀ ਹੈ ਉਹ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈਗੀ ਹੈ ਸੋ ਇਹਦੇ ਵਿੱਚ ਕੁਝ ਐਨ ਜੀਓਜ਼ ਕੁਝ ਕਾਫੀ ਉਹਨਾਂ ਦੇ ਵੀ ਵਿਚਾਰ ਆਉਂਦੇ ਰਹੇ ਤੇ ਫਿਰ ਬਾਅਦ ਜਾ ਕੇ ਸੈਂਟਰਲ ਲੈਵਲ ਤੇ ਵੀ ਔਰ ਸਟੇਟ ਲੈਵਲ ਤੇ ਵੀ ਗਵਰਨਮੈਂਟਸ ਵਿੱਚ ਡਿਸਕਸ ਹੋਇਆ ਤੇ ਇਹਦੇ ਬਾਰੇ ਕਾਫੀ ਗਵਰਨਮੈਂਟ ਨੇ ਫਿਰ ਇਨੀਸ਼ੀਏਟਿਵ ਲਏ ਮੇਜਰ ਪ੍ਰੋਜੈਕਟ ਸੰਬੰਧੀ ਤਾ ਤਰੂ ਬਾਬਾ ਟੋਮਿਕ ਸੈਂਟਰ ਕੋਲੈਬੋਰੇਸ਼ਨ ਬਰਨਾਲਦੇ ਯੂਨੀਵਰਸਿਟੀ ਅਮਰਸਰ ਤੇ ਉਹਦੇ ਚ ਬਾਅਦ ਚ ਉਹਨਾਂ ਨੇ ਆਰ ਓਜ਼ ਵੀ ਲਗਾਏ ਜਿਹੜਾ ਜਦੋਂ ਸਰਕਾਰ ਦੇ ਧਿਆਨ ਚ ਆ ਗਿਆ ਫਿਰ ਉਹਨੂੰ ਰੋਕ-ਖਾਮ ਦੇ ਲਈ ਕੀ ਯਤਨਾਂ ਜਿਹੜੇ ਸਰਕਾਰ ਵੱਲੋਂ ਕੀਤੇ ਗਏ ਜਾਂ ਕੀ ਉਦੋਂ ਸਰਕਾਰ ਨੇ ਕੀ ਕਦਮ ਲੈ ਗਏ ਸਰਕਾਰ ਪੰਜਾਬ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਦੀ ਡਾਇਰੈਕਸ਼ਨ ਤੇ ਉਹਨਾਂ ਦੇ ਕਹਿਣ ਦੇ ਇਹਨਾਂ ਨੇ ਬਾਬਾ ਟਰਾਮਿਕ ਸੈਂਟਰ ਨੂੰ ਹੋਰ ਸਾਨੂੰ ਇਹ ਕਿਹਾ ਕਿ ਤੁਸੀਂ ਸਪੈਸ਼ਲ ਰਿਵਰਸ ਆਸਮੋਸਿਸ ਜਿਹੜਾ RO ਸਿਸਟਮਸ ਨੇ ਉਹ ਸਾਨੂੰ ਤਿਆਰ ਦੱਸੋ ਕਿਸ ਤਰ੍ਹਾਂ ਬਣਾਣੇ ਹੈਗੇ ਨੇ ਮੇਰੇ ਮੁਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਸਪੈਸ਼ਲ ਇੱਕ ਯੂਨਿਟ ਲਗਾਇਆ ਗਿਆ ਜਿਹਦੇ ਵਿੱਚ ਆਰੋਜ਼ ਜਿਹੜੇ ਨੇ ਉਹ ਤਿਆਰ ਕਰਕੇ ਮਾਲਵਾ ਬੈਲਟ ਦੇ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਲਗਾਏ ਜਿਹਦੇ ਨਾਲ ਕਿ ਲੋਕਾਂ ਨੂੰ ਪਿਓਰ ਪਾਣੀ ਮਿਲਿਆ ਪਰ ਬਹੁਤ ਸਾਰਾ ਪਾਣੀ ਦੀ ਜਰੂਰਤ ਸੀ ਉੱਥੇ ਇਸ ਕਰਕੇ ਉਹ ਸਫੀਸ਼ੀਐਂਟ ਨਹੀਂ ਲੱਗੇ ਬਹੁਤ ਥੋੜੇ ਲੱਗੇ ਨੇ ਜਿਹਦੇ ਕਰਕੇ ਜਰੂਰਤ ਹੈਗੀ ਉਸ ਏਰੀਆ ਦੇ ਵਿੱਚ ਹੋਰ ਆਰੋਜ਼ ਲਗਾਉਣ ਦੀ ਆਗੇ ਪਿਓਰ ਪਾਣੀ ਜਿਹੜਾ ਮਿਲ ਸਕੇ ਅੱਛਾ ਜਿਹੜੇ ਆਰਓਜ਼ ਆ ਜਿੰਨੀ ਕੁ ਸਾਡੀ ਜਾਣਕਾਰੀ ਹੈ ਜਿੰਨੀ ਕੁ ਸਾਡੀ ਸਮਝ ਉਹਦੇ ਅਨਸਾਰ ਵੀ ਉਹ ਪਾਣੀ ਦੇ ਵਿੱਚੋਂ ਜਰਨੀਅਮ ਆ ਜਿਹੜਾ ਉਹਨੂੰ ਬਾਹਰ ਕੱਢ ਦਿੰਦੇ ਆ ਉਹ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਜਿਹੜਾ ਇਹ ਤਰੀਕਾ ਵਾ ਕਿੰਨਾ ਕੁ ਅਸਰਦায়ক ਆ ਜਰਨੀਅਮ 95% ਤੱਕ ਜਿਹੜਾ ਆ ਉਹ ਅਸੀਂ ਪਾਣੀ ਚੋਂ ਬਾਹਰ ਕੱਢ ਸਕਦੇ ਆ ਸੈਪਰੇਟ ਆਊਟ ਫਿਲਟਰ ਕਰ ਸਕਦੇ ਆ ਆਰਓ ਸਿਸਟਮ ਨਾਲ ਕੁਝ ਹੋਰ ਵੀ ਹੈਵੀ ਮੈਟਲ ਹੁੰਦੇ ਨੇ ਜਿਵੇਂ ਲੈਡ ਹੈ ਜ਼ਿੰਕ ਹੈ ਉਹ ਵੀ ਸੈਪਰੇਟ ਹੋ ਜਾਂਦਾ ਤੋ ਆਰਓ ਜਿਹੜਾ ਹੈਗਾ ਉਹ ਪਾਣੀ ਜਿਹੜਾ ਉਹ ਪੀਣ ਵਾਸਤੇ ਪਰਫੈਕਟ ਹੈ 유ਸਫੁਲ ਹੈ ਤੋ ਇਹ ਤਕਨੀਕ ਜਿਹੜੀ ਹੈ ਸਕਸੈਸਫੁਲ ਹੈ ਤੁਹਾਡੀ ਯਾਨੀ ਕਿ ਜਿਵੇਂ ਗੱਲਬਾਤ ਤੋਂ ਲੱਗ ਸਮਝ ਲੱਗ ਰਹੀ ਹੈ ਵੀ ਦੇਖੋ ਪੀਣ ਵਾਲਾ ਪਾਣੀ ਜਿਹੜਾ ਆਮ ਸਾਡੇ ਉਥੇ ਇਨਸਾਨਾਂ ਨੇ ਵਰਤਣਾ ਸਾਡੇ ਭੈਣਾਂ ਭਰਾਵਾਂ ਨੇ ਵਰਤਣਾ ਉਹ ਆਰਓ ਸਿਸਟਮ ਰਾਹੀਂ ਜੇ ਸੋਧਿਆ ਹੋਇਆ ਪਾਣੀ ਹੋਊਗਾ ਤਾਂ ਠੀਕ ਹੋਊਗਾ ਉਹਨਾਂ ਦੀ ਸਿਹਤ ਮੰਦਾ ਪਰ ਪਾਣੀ ਜਿੰਨਾ ਯਾਨੀ ਕਿ ਕਿਉਂਕਿ ਪਾਣੀ ਤਾਂ ਪਸ਼ੂ ਵੀ ਪੀਂਦੇ ਨੇ ਤੇ ਪਸ਼ੂ ਦੁੱਧ ਦਿੰਦੇ ਨੇ ਤੇ ਉਹ ਦੁੱਧ ਜਿਹੜਾ ਆਪਾਂ ਅੱਗੇ ਦੁੱਧ ਤੋਂ ਜਾਂ ਬਣਨ ਵਾਲੀਆਂ ਚੀਜ਼ਾਂ ਦੀ ਵਰਤੋਂ ਜਿਵੇਂ ਹੁੰਦਾ ਸਿੱਧਾ ਵੀ ਆਪਾਂ ਦੁੱਧ ਪੀਨੇ ਆ ਤੇ ਉਹਨਾਂ ਨੂੰ ਇੰਨਾ ਪਾਣੀ ਤਾਂ ਬੰਦੋਬਸਤ ਕੀਤਾ ਨਹੀਂ ਜਾ ਸਕਦਾ ਵੀ ਪਸ਼ੂਆਂ ਨੂੰ ਪਾਣੀ ਹੈ ਜਿਹੜਾ ਉਹ ਸੋਧਿਆ ਹੋਇਆ ਪਿਆਇਆ ਜਾ ਸਕੇ ਜਾਂ ਉਹਦਾ ਪ੍ਰਬੰਧ ਕੀਤਾ ਜਾ ਸਕੇ ਤੇ ਕੀ ਹੋਰ ਰੋਕਥਾਮਾਂ ਜਿਹੜੀ ਕੀਤੀ ਜਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਅ ਕੈਦਾਲ ਵਾਟਰ ਜਿਹੜਾ ਹੈ ਉਹਦੇ ਚ ਅਸੀਂ ਦੇਖਿਆ ਕਿ ਯਰੇਨੀਅਮ ਦਾ ਲੈਵਲ ਘਟ ਹੈ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਨਾਲ ਦਾ ਜਿਹੜਾ ਨਹਿਰੀ ਪਾਣੀ ਹੈ ਨਹਿਰੀ ਪਾਣੀ ਹੈ ਉਹ ਪਸ਼ੂਆਂ ਨੂੰ ਜਾਂ ਖੇਤੀ ਵਾਸਤੇ ਯੂਜ਼ ਕੀਤਾ ਜਾਵੇ ਤੇ ਇਹ ਪਬਲਿਕ ਦੇ ਵਾਸਤੇ ਜਿਹੜਾ ਹੈਗਾ ਉਹ ਆਰਓ ਸਿਸਟਮ ਲਾ ਕੇ ਪਾਣੀ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਵੇ ਤੇ ਉਸ ਏਰੀਆ ਦੇ ਵਿੱਚ ਮੈਂ ਦੇਖਿਆ ਜਾ ਕੇ ਕਿ ਰਾਜਸਥਾਨ ਦੇ ਵਿੱਚ ਲੋਕ ਜਾਂਦੇ ਨੇ ਕੈਂਸਰ ਟ੍ਰੇਨ ਨਾ ਹੈਗਾ ਉਹਦਾ ਜਿਹੜੀ ਗੱਡੀ ਚ ਜਾਂਦੇ ਨੇ ਹਰ ਇੱਕ ਨੂੰ ਪਤਾ ਹੈ ਹੋਣਾ ਸੋ ਜਾ ਕੇ ਉੱਥੇ ਬੜੇ ਮਹਿੰਗੇ ਇਲਾਜ ਨੇ ਜਿਹੜੇ ਕਰਾਉਣੇ ਪੈਂਦੇ ਨੇ ਸੋ ਸਸਤੇ ਜਿਹੜੇ ਹਸਪੀਟਲ ਇਲਾਜ ਨੇ ਉਹ ਪ੍ਰੋਵਾਈਡ ਕਰਨੇ ਚਾਹੀਦੇ ਨੇ ਫ੍ਰੀ ਟਰੀਟਮੈਂਟ ਦੇਣੀ ਚਾਹੀਦੀ ਗਰੀਬ ਲੋਕਾਂ ਨੂੰ ਪੰਜਾਬ ਗਵਰਨਮੈਂਟ ਨੂੰ ਅ ਇਹਦੇ ਚ ਇਨੀਸ਼ੀਏਟ ਲੈਣਾ ਚਾਹੀਦਾ ਹਸਪੀਟਲ ਜਿਹੜੇ ਨੇ ਉਥੇ ਲਗਾਉਣੇ ਚਾਹੀਦੇ ਨੇ ਤਾਂ ਕਿ ਕੈਂਸਰ ਦੀ ਜਿਹੜੀ ਪੇਸ਼ੈਂਟਸ ਨੇ ਉਹਨਾਂ ਨੂੰ ਪੂਰਾ ਟ੍ਰੀਟਮੈਂਟ ਮਿਲ ਸਕੇ ਤੇ ਇਹ ਬਹੁਤ ਜ਼ਰੂਰੀ ਹੈਗਾ ਤੋਂ ਡਾਕਟਰ ਸਾਹਿਬ ਇੱਕ ਹੋਰ ਜਿਹੜੀ ਤੁਹਾਨੂੰ ਇਹ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਤੁਹਾਡਾ ਫਿਰ ਜੋ ਤੁਸੀਂ ਉਥੇ ਸੇਵਾ ਮੁਕਤ ਹੋਗੇ ਗੁਰਨਾਕ ਦੀ ਯੂਨੀਵਰਸਿਟੀ ਤੋਂ ਤੁਹਾਡਾ ਫਿਰ ਆਸਟ੍ਰੇਲੀਆ ਆਉਣ ਦਾ ਕਿਵੇਂ ਸਬਬ ਬਣਿਆ ਤੇ ਇੱਥੇ ਤੁਸੀਂ ਕਿਵੇਂ ਆਸਟ੍ਰੇਲੀਆ ਦੇ ਵਿੱਚ ਆਏ ਯੂਰੇਨੀਅਮ ਔਰ ਰੇਡੌਨ ਦੇ ਵਿੱਚ ਜਿਹੜਾ ਮੈਂ ਵਰਕ ਕੀਤਾ ਸੀ ਉਹ ਅਰਥਕ ਇੱਕ ਪ੍ਰੈਡਿਕਸ਼ਨ ਹਿਮਾਲਿਆਜ਼ਾ ਜਾਂ ਯੂਰੇਨੀਅਮ ਅਨਾਲਿਸਿਸ ਹਿਮਾਲਿਆਜ਼ ਵਿੱਚ ਪੰਜਾਬ ਦੇ ਵਿੱਚ ਇਨਜ਼ੈਲਵੈਂਸ ਦੀ ਕੈਂਸਰ ਐਂਡ ਅਦਰ ਸਟੱਡੀਜ਼ ਉਹਦੇ ਵਿੱਚ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਪਬਲਿਸ਼ਡ ਪੇਪਰ ਸੀ ਤੇ ਉਹਦੇ ਵਿੱਚ ਇੰਟਰਨੈਸ਼ਨਲ ਕੰਟੈਕਟਸ ਜਿਹੜੇ ਨੇ ਬਣ ਜਾਂਦੇ ਨੇ ਇੰਟਰਨੈਸ਼ਨਲ ਕਾਨਫਰੰਸ ਵਿੱਚ ਵੀ ਜੰਦਾਰਿਆ ਮੈਂ ਤੇ ਇੱਥੇ ਯੂਨੀਵਰਸਿਟੀ ਆਫ ਬੋਲੰਗਾਂਗ ਆਸਟ੍ਰੇਲੀਆ ਇਹਨਾਂ ਨੇ ਮੈਨੂੰ ਕੋਈ ਸਾਲ ਪਹਿਲਾਂ ਆਫਰ ਕੀਤਾ ਸੀ ਕਿ ਤੁਸੀਂ ਇੱਥੇ ਸਾਡੇ ਕੋਲ ਆਓ ਪਰ ਉਹਨਾਂ ਦਿਨਾਂ ਵਿੱਚ ਮੇਰੇ ਕੋਲ ਪੀ ਐਚ ਡੀ ਸਟੂਡੈਂਟਸ ਕਰ ਰਹੇ ਸੀ ਮੇਜਰ ਪ੍ਰੋਜੈਕਟ ਸੀ ਪੰਜਾਬ ਦੀ ਕੈਂਸਰ ਪ੍ਰੋਬਲਮ ਹੈ ਉਹਦੇ ਵਿੱਚ ਅਸੀਂ ਬੜੇ ਸੀਰੀਅਸਲੀ ਲੱਗੇ ਹੋਏ ਸੀ ਖੋਜ ਕਰਨਾ ਸੋ ਮੈਂ ਉਸ ਵਕਤ ਗੁਰੂ ਨਾਨਕ ਦੇਵ ਜੰਸੀ ਵਿੱਚ ਛੱਡਣਾ ਜਿਹੜਾ ਯੂਨੀਵਰਸਿਟੀ ਤੋਂ ਛੱਡਣਾ ਕੰਮ ਨੂੰ ਚੰਗਾ ਨਹੀਂ ਸਮਝਿਆ ਤੇ ਮੈਂ ਪ੍ਰੋਮਿਸ ਕੀਤਾ ਬੁਲੰਗਾਂਗ ਯੂਨੀਵਰਸਿਟੀ ਦੇ ਪ੍ਰੋਫੈਸਰਸ ਨਾਲ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਕੋਲ ਆ ਸਕਣਾ ਤੇ ਉਹ ਆਫਰ ਜਿਹੜੀ ਹੈ इवन ਮੇਰੀ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜੀ ਸੀ ਉਹਨਾਂ ਨੇ ਰੱਖੀ ਤੇ ਜਦੋਂ ਮੈਂ ਰਿਟਾਇਰ ਹੋਇਆ ਗੁਰਦਾਨਗਦ ਯੂਨੀਵਰਸਿਟੀ ਨੇ ਫੇਰ ਮੈਨੂੰ ਨਹੀਂ ਛੱਡਿਆ 2 ਸਾਲ ਹੋਰ ਰੀਪੋਇੰਟਮੈਂਟ ਕਰ ਦਿੱਤੀ ਸੋ ਇਹਨਾਂ ਨੂੰ ਆਸਟ੍ਰੇਲੀਆ ਗਵਰਨਮੈਂਟ ਨੂੰ 2 ਸਾਲ ਹੋਰ ਵੇਟ ਕਰਨਾ ਪਿਆ ਤੇ 2014 ਦੇ ਵਿੱਚ 2011 ਜਿਵੇਂ ਰਿਟਾਇਰ ਹੋਇਆ 2014 ਦੇ ਵਿੱਚ ਮੈਂ ਫਿਰ ਹੋਲੰਗਾਂਗ ਯੂਨੀਵਰਸਿਟੀ ਜੁਆਇਨ ਕੀਤੀ ਐਨਵਾਇਰਨਮੈਂਟਲ ਸਾਇੰਸ ਡਿਪਾਰਟਮੈਂਟ ਹੈਗਾ ਉੱਤੇ ਆਰਥਰ ਐਂਡ এনवायरमेंट ਸਾਇੰਸਿਸ ਜਿਹਦੇ ਵਿੱਚ ਅਸੀਂ ਆਰਥਕ ਵਿਗਸ ਦਾ ਔਰ এনवायरमेंटਲ ਸਟਡੀਜ਼ ਜਿਹੜੀਆਂ ਨੇ ਉਹ ਕਰ ਰਹੇ ਹਾਂ ਸੋ ਇਹ ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ ਸਪੈਸ਼ਲ ਐਮੀਨੈਂਟ ਸਾਇੰਟੀਸਟ ਹੋਵੇ ਜਾਂ ਕੋਈ ਵੀ ਕਿਸੇ ਫੀਲਡ ਵਿੱਚ ਐਮੀਨੈਂਟ ਸਕਿਲਡ ਵਰਕਰ ਹੋਵੇ ਉਹਨੂੰ ਇਹ ਪ੍ਰੋਵਾਈਡ ਕਰਦੇ ਨੇ ਬੜੀ ਥੋੜੀ ਗਿਣਤੀ ਹੁੰਦੀ ਹੈ ਇਸ ਵੀਜ਼ੇ ਦੀ ਇਸ ਪਰਮਨੈਂਟ ਰੈਜ਼ਿਡੈਂਸੀ ਦੀ ਜਿਹੜਾ ਕਿ ਇੱਕ ਆਨਰ ਹੈਗਾ ਆਸਟ੍ਰੇਲੀਅਨ ਗਵਰਨਮੈਂਟ ਨੇ ਸਾਨੂੰ ਦਿੱਤਾ ਤੁਸੀਂ ਮੈਂ ਉਸ ਡਿਸਟਿੰਗੁਇਸ਼ਡ ਟੈਲੈਂਟ ਕੈਟਾਗਰੀਜ਼ ਵਿੱਚ ਆਪਣੇ ਪਰਿਵਾਰ ਸਵੇਤ ਇਥੇ ਆਸਟ੍ਰੇਲੀਆ ਵਿੱਚ ਆ ਕੇ ਸੈਟਲ ਹੋਇਆ ਔਰ ਯੂਨੀਵਰਸਿਟੀ ਬੋਲੰਗ ਦੇ ਵਿੱਚ ਮੈਂ ਹੁਣ ਐਜ਼ ਅ ਵਿਜ਼ਿਟਿੰਗ ਪ੍ਰੋਫੈਸਰ ਕੰਮ ਕਰ ਰਿਹਾ ਔਰ ਮੈਂ ਇੱਕ ਗਰੁੱਪ ਰਿਸਰਚ ਦਾ ਬਣਾਇਆ ਹੋਇਆ ਜਿਹਦੇ ਵਿੱਚ ਪ੍ਰੋਫੈਸਰ ਕੋਲਨ ਪੂਰੇ ਵਾਲਸ ਨੇ ਉਹ ਪਹਿਲਾਂ ਹੈਡ ਰੇ ਨੇ ਯੂਨੀਵਰਸਿਟੀ ਦੇ ਡਿਪਾਰਟਮੈਂਟ ਦੇ ਉਸ ਤੋਂ ਬਾਅਦ ਉਹ ਡੀਨ ਵੀ ਰਹੇ ਨੇ ਤੇ ਸਾਡਾ ਬੜਾ ਸੋਹਣਾ ਰਿਸਰਚ ਗਰੁੱਪ ਹੈ ਜਿਹਦੇ ਵਿੱਚ ਅਸੀਂ ਆਸ ਕਰਦੇ ਆ ਕਿ ਬਹੁਤ ਚੰਗੀਆਂ ਫਾਈਂਡਿੰਗਸ ਹੋਣਗੀਆਂ ਐਡਲਿਡ ਏਰੀਆ ਦੇ ਵਿੱਚ ਅਸੀਂ ਸੈਂਪਲ ਰੇਡਾਂ ਦੇ ਲਗਾਏ ਨੇ ਬੋਲੰਗਾਂਗ ਏਰੀਆ ਦੇ ਵਿੱਚ ਵੀ ਰੇਡ ਆਨਲੀ ਸਟਡੀ ਅਸੀਂ ਕਰ ਰਹੇ ਹਾਂ ਔਰ ਬੜੀਆਂ ਸਾਨੂੰ ਹੋਪਸ ਨੇ ਕਿ ਚੰਗੀ ਜਿਹੜੀ ਹੈ ਉਹ ਚੰਗਾ ਡਾਟਾ ਸਾਨੂੰ ਮਿਲੇਗਾ ਡਾਕਟਰ ਸਾਹਿਬ ਮੈਂ ਸਾਡੇ ਸਾਡੇ ਜਿਹੜੇ ਸਰੋਤ ਤੇ ਸੁਣ ਰਹੇ ਨੇ ਉਹਨਾਂ ਦੀ ਦਰਸ਼ਕਾਂ ਦੀ ਜਾਣਕਾਰੀ ਲਈ ਸਰੋਤਾਂ ਦੀ ਜਾਣਕਾਰੀ ਦੇ ਲਈ ਕਿ ਉਹ ਕੀ ਕਰ ਸਕਦੇ ਨੇ ਸਾਡੇ ਪੰਜਾਬ ਦੇ ਵਿੱਚ ਵਸਦੇ ਭੈਣ ਭਰਾਵਾਂ ਵਾਸਤੇ ਕੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਸਾਡੇ ਭੈਣ ਭਰਾਓ ਉੱਥੇ ਵਸਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੀ ਉੱਥੇ ਕੈਂਸਰ ਇਸ ਤਰੀਕੇ ਨਾਲ ਜਾਨੀ ਕਿ ਮਾਰੋ-ਮਾਰ ਕਰਦਾ ਫੈਲ ਰਿਹਾ ਕਿਉਂਕਿ ਪਾਣੀ ਦੇ ਵਿੱਚ ਜਿਹੜਾ ਜਰਨੀਨੀਅਮ ਉਹ ਇੱਕ ਵੱਡਾ ਕਾਰਨ ਬਣ ਰਿਹਾ ਵਾ ਇਸ ਬਿਮਾਰੀ ਨੂੰ ਉਸ ਖੇਤ ਦੇ ਵਿੱਚ ਬਣਾਉਣ ਵਧਾਉਣ ਦਾ ਕੀ ਇਹ ਬਾਹਰਲੇ ਸਹਿਯੋਗ ਪਾ ਸਕਦੇ ਨੇ ਉੱਥੇ ਦੇ ਲੋਕਾਂ ਦੀ ਮਦਦ ਦੇ ਲਈ ਤੇ ਉਥੋਂ ਦੇ ਲੋਕ ਆਪਦੀ ਬਿਹਤਰੀ ਲਈ ਆਪਦੀ ਚੰਗੀ ਸਿਹਤ ਦੇ ਲਈ ਕਿਹੜੀਆਂ ਜਣੀਆਂ ਦੇ ਗੱਲਾਂ ਦਾ ਧਿਆਨ ਰੱਖ ਸਕਦੇ ਨੇ ਇਹਨਾਂ ਦੋਨਾਂ ਗੱਲਾਂ ਦੇ ਉੱਤੇ ਵੀ ਆਪ ਦੇ ਵਿਚਾਰ ਜ਼ਰੂਰ ਦਿਓ ਕਿਉਂਕਿ ਅਸੀਂ ਸਾਰੇ ਪਰਦੇਸਾਂ ਵਿੱਚ ਬੈਠੇ ਪੰਜਾਬ ਨੂੰ ਬਿਲਾਉਂ ਕਰਦੇ ਆ ਕਿਸੇ ਨਾ ਕਿਸੇ ਸਾਡਾ ਰਿਸ਼ਤੇਦਾਰ ਕੋਈ ਨਾ ਕੋਈ ਉੱਥੇ ਪੰਜਾਬ ਵਿੱਚ ਹੈ ਸਾਡੇ ਪਰਿਵਾਰ ਪੰਜਾਬ ਵਿੱਚ ਵੱਸਦੇ ਨੇ ਤੇ ਜਿਹੜੇ ਪੰਜਾਬੀ ਉੱਥੇ ਸਫਲ ਕਰ ਰਹੇ ਨੇ ਉਹ ਸਾਡੇ ਹੀ ਪਰਿਵਾਰਕ ਮੈਂਬਰ ਨੇ ਸੋ ਸਾਡਾ ਇਹ ਫਰਜ ਬਣ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਵਾਸਤੇ ਬਾਹਰਲੇ ਦੇਸ਼ਾਂ 'ਚ ਬੈਠਿਆ ਵੀ ਧਿਆਨ ਦੇਈਏ, ਸੋਚੀਏ ਤਾਂ ਕਿ ਇਹ ਜਿਹੜੀ ਘਾਤਕ ਬਿਮਾਰੀ ਹੈ ਇਸ ਤੋਂ ਉਹ ਪਰਿਵਾਰ ਜਿਹੜੇ ਨੇ ਬਚ ਸਕਣ ਉਹਦੇ ਵਾਸਤੇ ਅਸੀਂ ਫਾਈਨੈਂਸ਼ੀਅਲ ਸਪੋਰਟ ਵੀ ਕਰ ਸਕਨੇ ਆ ਜਿਹੜੀ ਕਰਨੀ ਚਾਹੀਦੀ ਹੈ। ਸੋ ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਸਭ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਬਾਹਰਲੇ ਦੇਸ਼ਾਂ 'ਚ ਬੈਠੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਉਹ ਪੰਜਾਬ ਨੂੰ ਦੇਣਾ ਹੈ ਉਹ ਕੰਟਰੀਬਿਊਟ ਕਰ ਰਹੇ ਨੇ ਚੰਗੇ ਹਸਪੀਟਲ ਜਿਹੜੇ ਨੇ ਉਹ ਵੱਢੇ ਚਾਹੀਦੇ ਨੇ ਪੰਜਾਬ ਦੇ ਵਿੱਚ ਹੋਰ ਜਿਹੜੀਆਂ ਰੂਰਲ ਏਰੀਆਜ਼ ਨੇ ਪੰਜਾਬ ਦੇ ਬੜੇ ਬੈਕਵਰਡ ਨੇ ਉਹਨਾਂ ਦੇ ਵਿੱਚ ਜਿਹੜੀ ਰਿਸੋਰਸਸ ਦੀ ਘਾਟ ਹੈ ਪੂਰੀਆਂ ਫੈਸਿਲਿਟੀਆਂ ਦੀ ਘਾਟ ਹੈ ਉਹਦੇ ਵਿੱਚ ਬਾਹਰਲੇ ਜਿਹੜੇ ਪਰਦੇਸ ਵਿੱਚ ਫੋਰਨ ਕੰਟਰੀਜ਼ ਬੈਠੇ ਲੋਕ ਨੇ ਉਹਨਾਂ ਨੂੰ ਕੰਟਰੀਬਿਊਟ ਕਰਨਾ ਚਾਹੀਦਾ ਹੈ ਔਰ ਪੰਜਾਬੀ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਫੋਰਨ ਲੋਕਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਹੋਰ ਸੰਬੰਧੀਆਂ ਨਾਲ ਆਪਣਾ ਮੇਲ ਜੋਲ ਤਾਲਮੇਲ ਰੱਖਣ ਔਰ ਜਿੰਨੀ ਉਸ ਸੂਤ ਲੈ ਸਕਦੇ ਨੇ ਉਹ ਅਵੇਲ ਕਰਨ ਉਹ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਐਨਕੋਰੇਜ ਕਰਨਾ ਚਾਹੀਦਾ ਹੈ ਕਿ ਇਹ ਜਿਹੜੀ ਇੰਟਰੈਕਸ਼ਨ ਹੈ ਉਹਨਾਂ ਦੀ ਬਣੀ ਰਵੇ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਵਧੇ ਫੁੱਲੇ ਉਥੇ ਪਹਿਲਾਂ ਹੀ ਬਹੁਤ ਹੀ ਹਾਲਾਤ ਜਿਹੜੇ ਸੀ ਖਰਾਬ ਰਹੇ ਨੇ ਔਰ ਉਸ ਤੋਂ ਬਾਅਦ ਬਿਮਾਰੀ ਨਸ਼ਾ ਹੋਰ ਕਈ ਤਰ੍ਹਾਂ ਦੇ ਮ ਮ ਮਸਲੇ ਸੀ ਜਿਹਦੇ ਵਿੱਚ ਜਿਹਨਾਂ ਨੂੰ ਪੰਜਾਬ ਜਿਹੜਾ ਕਿਸੇ ਬਲੇ ਨੰਬਰ 1 ਸੀ ਸਾਰੇ ਇੰਡੀਆ ਦੇ ਵਿੱਚ ਜਿਹੜਾ ਹੁਣ ਬਹੁਤ ਪਿੱਛੇ ਜਾ ਰਿਹਾ ਹੈ ਔਰ ਇਹਦੇ ਵਿੱਚ ਬਾਹਰਲੇ ਦੇਸ਼ਾਂ ਦੀ ਬਹੁਤ ਜ਼ਿਆਦਾ ਦੇਣ ਹੋ ਸਕਦੀ ਹੈ ਪੰਜਾਬ ਨੂੰ ਅਪਲਿਫਟ ਕਰਨ ਦੇ ਵਿੱਚ ਔਰ ਪਹਿਲੇ ਆਪਣੇ ਉਸ ਲੈਵਲ ਤੇ ਲਿਆਉਣ ਵਾਸਤੇ ਡਾਕਟਰ ਸਾਹਿਬ ਜਿਹੜੇ ਜਿਵੇਂ ਜਿਹੜੇ ਲੋਕਾਂ ਨੂੰ ਕੈਂਸਰ ਹੋ ਚੁੱਕਿਆ ਚਲੋ ਉਹਨਾਂ ਦੇ ਤਾਂ ਜੋ ਅ ਗੁਰੂ ਮਹਾਰਾਜ ਕਿਰਪਾ ਕਰਨ ਟਰੀਟ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਜਾਣ ਉਹਨਾਂ ਦਾ ਇਲਾਜ ਦੇ ਨਾਲ ਰੋਕத் ਥਾਮ ਜਿਹੜੀ ਆ ਉਹ ਯਾਨੀ ਕਿ ਗਾਂਹ ਹੋਰ ਬਿਮਾਰੀ ਵਧਣ ਤੋਂ ਰੋਕੀ ਜਾ ਸਕਦੀ ਆ ਪਰ ਕੀ ਭਵੈਖ ਦੇ ਵਿੱਚ ਨਹੋਰ ਪੀੜੀਆਂ ਨੂੰ ਇਹ ਜਿਹੜਾ ਜੇਰਨੀਅਮ ਆ ਉਸ ਖੇਤ ਦੇ ਵਿੱਚ ਪਾਣੀ ਦੇ ਵਿੱਚ ਆਇਆ ਹੋਇਆ ਇਹ ਪ੍ਰਭਾਵਤ ਨਾ ਕਰੇ ਉਹਨੂੰ ਪੂਰਨ ਰੂਪ ਦੇ ਵਿੱਚ ਰੋਕਿਆ ਜਾਣਾ ਸੰਭਵ ਹੈ ਅਸਲ ਵਿੱਚ ਅਸੀਂ ਉਸ ਲੈ ਕੇ ਇਲਾਕੇ ਚ ਕਈ ਸਾਲ ਵਿਚਰਦੇ ਰਹੇ ਆ ਦੇਖਦੇ ਰਹੇ ਆ ਐਨਾਲਿਸਿਸ ਕੀਤੀ ਹੈ ਉਹਦੇ ਚ ਮੈਂ ਦੇਖਿਆ ਹੈਗਾ ਕਿ ਇੱਕ ਇੱਕ ਪਿੰਡ ਦੇ ਵਿੱਚ ਕਈ ਵਾਰੀ ਉਹ ਲਿਸਟ ਦੇਖ ਕੇ ਲੱਗਦਾ ਕਿ 2-2000 ਬੰਦਾ ਜਿਹੜਾ ਉਹ ਅਫੈਕਟਡ ਹੈ ਕਈ ਬੈਚਲਰਸ ਨੇ ਜਿਨ੍ਹਾਂ ਨੇ ਸ਼ਾਦੀਆਂ ਕਰਾਣੀਆਂ ਨੇ ਉਹ ਦੱਸਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਸ਼ਾਦੀਆਂ ਦਾ ਮਾਮਲਾ ਹੈ ਉਹ ਹਾਈਡ ਕਰਦੇ ਨੇ ਸੋ ਤਕਰੀਬਨ ਅ ਅਣਗਿਣਤ ਬੰਦੇ ਜਿਹੜੇ ਨੇ ਉਹ ਕੈਂਸਰ ਦੀ ਭੇਟ ਵਿੱਚ ਨੇ ਹੁਣ ਜੇ ਅਸੀਂ ਦੇਖੀਏ ਲੈਵਲ ਆਂ ਇੰਡੀਆ ਦੇ ਵਿੱਚ 1 ਲੱਖ ਦੇ ਪਿੱਛੇ 80 ਬੰਦੇ ਜਿਹੜੇ ਨੇ ਕੈਂਸਰ ਅਫੈਕਟਡ ਨੇ ਔਰ ਜਦੋਂ ਅਸੀਂ ਪੰਜਾਬ ਚ ਵੇਖਨੇ ਆ 140 145 150 ਤੱਕ 1 ਲੱਖ ਦੇ ਵਿੱਚੋਂ ਕੈਂਸਰ ਅਫੈਕਟਡ ਨੇ ਸੋ ਕੁਝ ਪਿੰਡਾਂ ਵਿੱਚ ਤੇ ਬਹੁਤ ਜ਼ਿਆਦਾ ਹੈਗੇ ਨੇ ਕਿਸੇ ਨੂੰ ਸਟੋਮੈਕ ਕੈਂਸਰ ਆ ਕਿਸੇ ਨੂੰ ਕਿਡਨੀ ਦਾ ਹੈਗਾ ਕਿਸੇ ਨੂੰ ਸੋ ਬਹੁਤ ਹੀ ਜ਼ਿਆਦਾ ਇੱਕ ਡੇਂਜਰਸ ਹੈ ਸੋ ਜਿਹੜੇ ਤੇ ਹੁਣ ਅਫੈਕਟਡ ਨੇ ਉਹਨਾਂ ਦਾ ਟਰੀਟਮੈਂਟ ਕਰਨਾ ਬਹੁਤ ਜ਼ਰੂਰੀ ਹੈ ਤੇ ਜਿਹੜੀ ਯੰਗ ਜਨਰੇਸ਼ਨ ਹੈ ਜਿਹਨਾਂ ਨੂੰ ਇਹ ਹੋ ਸਕਦੀ ਹੈ ਬਿਮਾਰੀ ਉਹਨਾਂ ਨੂੰ ਸ਼ੁਰੂ ਤੋਂ ਹੀ ਸਾਨੂੰ ਜਿਹੜਾ ਉਹ ਖਿਆਲ ਕਰਨਾ ਪਏਗਾ ਉਹਨਾਂ ਨੂੰ ਜਿਹੜਾ ਪਿਓਰ ਵਾਟਰ ਹੈ ਪਿਉਰੀਫਾਈਡ ਵਾਟਰ ਉਹ ਪ੍ਰੋਵਾਈਡ ਕਰਨਾ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਤੋਂ ਬਚ ਸਕਣ ਬਚਾਅ ਹੋ ਸਕਦਾ ਹੈ ਪੋਸੀਬਲ ਹੈ ਇਸੇ ਤਰ੍ਹਾਂ ਹੀ ਵੈਜੀਟੇਬਲਸ ਮਿਲਕ ਫੂਡ ਉਹ ਅਸੀਂ ਕਨਾਲ ਵਾਟਰ ਜਿਹੜਾ ਦੇ ਕੇ ਗਰਾਊਂਡ ਵਾਟਰ ਦੀ ਥਾਂ ਤੇ ਕਿਉਂਕਿ ਗਰਾਊਂਡ ਵਾਟਰ ਵਿੱਚ ਜਰਨੀਅਮ ਦੀ ਪ੍ਰੋਬਲਮ ਜ਼ਿਆਦਾ ਹੈਗੀ ਹੈ ਸੋ ਅਸੀਂ ਇਹ ਕੁਤਾਸ ਕਰਨਿਆ ਲੈ ਜਿਹੜਾ ਹੈਗਾ ਕੈਂਸਰ ਦਾ ਅਫੈਕਟ ਅਸੀਂ ਜਿਹੜਾ ਹੈਗਾ ਉਹ ਪਿਓ ਪਾਣੀ ਦੀ ਪਿਓਰਿਟੀ ਜਿਹੜੀ ਹੈ ਉਹ ਵਧਾ ਕੇ ਇਹ ਸੰਭਵ ਹੋ ਸਕਦਾ ਹੈ। ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਗਸਤਾਖੀ ਲਈ ਮਾਫੀ ਸਿੱਖ ਚੈਨਲ ਦੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਸਾਡੀ ਜਾਂਚ ਖੜੀ ਸਾਂਝੀ ਕਰਨ ਵਾਸਤੇ ਸ਼ੁਕਰੀਆ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ